ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਪੇਂਟਿੰਗ ਵਲੋਗ ਦੇ ਵਿੱਚ। ਵੈਲਕਮ ਆ ਨਵੀਂ ਵੀਡੀਓ ਦੇ ਨਾਲ। ਅਸੀਂ ਅੱਜ ਬਿਲਕੁਲ ਲੇਟੈਸਟ ਪਿਕਕੌਕ ਡਿਜ਼ਾਈਨ ਤਿਆਰ ਕਰਨ ਜਾ ਰਹੇ ਹਾਂ, ਜਿਹਨੂੰ ਆਪਾਂ ਮੋਰ ਕਹਿੰਦੇ ਹਾਂ। ਇਹੋ ਜਿਹੇ ਡਿਜ਼ਾਈਨ ਅੱਜ ਕੱਲ੍ਹ ਕਾਫੀ ਸੂਟਾਂ ਦੇ ਉੱਪਰ ਚੱਲਦੇ ਨੇ, ਕਢਾਈ 'ਚ, ਪੇਂਟ ਦੇ ਵਿੱਚ, ਪਿਕਕੌਕ, ਸਾਈਕਲ, ਸਕੂਟਰ, ਗੱਡੀਆਂ, ਇਹ ਅੱਜ ਕੱਲ੍ਹ ਕਾਫੀ ਸੂਟਾਂ ਦੇ ਉੱਪਰ ਚੀਜ਼ਾਂ ਚੱਲਦੀਆਂ ਨੇ। ਬਾਕੀ ਆਪਾਂ ਡਰਾ ਕਰ ਲਿਆ ਪਿਕਕੌਕ ਨੂੰ, ਹੁਣ ਆਪਾਂ ਇਹਨੂੰ ਪੇਂਟ ਕਰਾਂਗੇ ਅਤੇ ਦਿਖਾਵਾਂਗੇ ਤੁਹਾਨੂੰ ਪੇਂਟਿੰਗ ਵਲੋਗ। ਦੇਖਿਓ ਜੇ ਕਿ ਕਿਹੋ ਜਿਹੀ ਪੇਂਟਿੰਗ ਲੱਗਦੀ ਆ ਤਿਆਰ ਕੀਤੀ ਹੋਈ। ਬਾਕੀ ਸੋਹਣੇ ਸੋਹਣੇ ਕਮੈਂਟ ਕਰਿਓ ਜੇ ਇਸ ਪੇਂਟਿੰਗ ਦੇ ਉੱਪਰ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਵੀ ਨਾ ਭੁਲਿਓ ਜੇ ਜਾਂਦੇ ਜਾਂਦੇ, ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਿਆ ਕਰੇ ਨਵੀਂ ਦਾ। ਬਾਕੀ ਆਓ ਆਪਾਂ ਕਰਦੇ ਹਾਂ ਤਿਆਰ, ਬਣੇ ਰਹੋ ਸਾਡੀ ਵੀਡੀਓ ਦੇ ਵਿੱਚ। ਵੀਡੀਓ ਨੂੰ ਪੂਰਾ ਦੇਖਿਓ, ਸਕਿੱਪ ਨਾ ਕਰਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਅੱਗੇ, ਅਤੇ ਲਾਈਕ ਵੀ ਕਰ ਦਿਆ ਕਰੋ ਨਾਲ, ਅਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ। ਆਹ ਦੋ ਤਿੰਨ ਚੀਜ਼ਾਂ ਕਰਨੀਆਂ ਹੁੰਦੀਆਂ, ਇਹਦੇ ਕਿਹੜੇ ਪੈਸੇ ਲੱਗਦੇ ਆ, ਅਤੇ ਤੁਸੀਂ ਉਹ ਵੀ ਨਹੀਂ ਕਰਦੇ। ਬੈੱਲ ਆਈਕਨ ਵੀ ਨੱਪਣਾ ਹੁੰਦਾ ਅਤੇ ਸਬਸਕ੍ਰਾਈਬ ਕਰਨਾ ਹੁੰਦਾ, ਸਬਸਕ੍ਰਾਈਬ ਵੀ ਕਰ ਲਿਆ ਕਰੋ, ਇਕੱਲਾ ਸਬਸਕ੍ਰਾਈਬ ਵਾਲਾ ਬਟਨ ਨੱਪ ਦਿਆ ਕਰੋ, ਨਾਲ ਘੰਟੀ ਆਉਂਦੀ ਆ ਉਹਨੂੰ ਨੱਪਦਾ। ਬਾਕੀ ਹੋਰ ਆਪਾਂ ਕਹਿੰਦੇ ਕੁਛ ਨਹੀਂ ਤੁਹਾਨੂੰ।
एक पेंटिंग इधर चलती पई है, देखियो देखी निगाह, देखो अभी पेंटिंग तैयार कराया करो तुसीं। एक ये साडा छोटा जिहा पेंटर लगा होया, देखो अभी बनाउण किवें दिया, आ देखो छोटा जिहा पेंटर है, ये चीज़ इदां बनाउंदा तैयार करदा।
ਇਹ ਸਾਨੂੰ ਜਿਹੜੇ ਕਲਰ ਵਾਰ ਵਾਰ ਨਾਲ ਤਿਆਰ ਕਰਨੇ ਪੈਂਦੇ ਆ, ਕਿਉਂਕਿ ਕਦੀ ਆਪਾਂ ਨੂੰ ਆਊਟਲਾਈਨਿੰਗ ਲਈ ਕਲਰ ਤਿਆਰ ਕਰਨਾ ਪੈਂਦਾ, ਕਦੀ ਇਹਦੀਆਂ ਆਈਜ਼ ਬਣਾਉਣ ਲਈ, ਕਦੀ ਸ਼ੇਡ ਦੇਣ ਲਈ, ਅਤੇ ਆਪਾਂ ਕਲਰ ਵੀ ਇੰਨਾ ਜ਼ਿਆਦਾ ਤਿਆਰ ਨਹੀਂ ਕਰ ਸਕਦੇ ਕਿ ਜਿਹੜਾ ਆਪਣਾ ਬਾਅਦ ਦੇ ਵਿੱਚ ਵੇਸਟ ਜਾਵੇ, ਕਿਉਂਕਿ ਆਪਣੇ ਕੋਲ ਇੰਨੀ ਕੁਆਂਟਿਟੀ ਹੁੰਦੀ ਨਹੀਂ ਗੀ ਕਿ ਜਿਹੜਾ ਆਪਾਂ ਇੰਨਾ ਸਾਰਾ ਕਲਰ ਵੇਸਟ ਕਰੀਏ। ਅਤੇ ਬਾਕੀ ਜਿੰਨਾ ਕੁ ਕੁਆਂਟਿਟੀ 'ਚ ਆਪਣੇ ਕੋਲ ਆ, ਆਪਾਂ ਉਹਦੇ ਹਿਸਾਬ ਨਾਲ ਪੇਂਟਿੰਗਾਂ ਤਿਆਰ ਕਰੀ ਜਾਂਦੇ ਹਾਂ। ਜਦੋਂ ਬਹੁਤ ਵਧੀਆ ਆਪਣੀ ਚੀਜ਼ ਗਰੋ ਹੋਣੀ ਸ਼ੁਰੂ ਹੋ ਜੂਗੀ, ਉਹਦੇ ਨਾਲ ਹੋਰ ਜ਼ਿਆਦੀਆਂ ਸੋਹਣੀਆਂ ਪੇਂਟਿੰਗ ਕਰ ਦੇਵਾਂਗੇ ਆਪਾਂ। ਹੁਣ ਹਾਲ ਦੀ ਘੜੀ ਹੁਣ ਵੀ ਬਹੁਤ ਸੋਹਣੀਆਂ ਪੇਂਟਿੰਗਾਂ ਤਿਆਰ ਕਰਦੇ ਪਏ ਹਾਂ, ਪਰ ਅੱਗੇ ਅੱਗੇ ਜਿਵੇਂ ਜਿਵੇਂ ਗਰੋ ਹੁੰਦੀ ਰਹੂਗੀ ਪੇਂਟਿੰਗ ਆਪਣੀ, ਉਵੇਂ ਉਵੇਂ ਆਪਾਂ ਆਪਣੀ ਹਰੇਕ ਚੀਜ਼ਾਂ ਵਧਾਉਂਦੇ ਰਹਾਂਗੇ। ਬਾਕੀ ਤੁਸੀਂ ਸਾਡੀਆਂ ਵੀਡੀਓ ਦੇਖਦੇ ਰਿਹਾ ਕਰੋ, ਅਤੇ ਇਹ ਚੀਜ਼ਾਂ ਤਾਂ ਹੀ ਮੁਮਕਿਨ ਹੋ ਸਕਦੀਆਂ ਨੇ ਜੇਕਰ ਤੁਸੀਂ ਸਾਨੂੰ ਸਪੋਰਟ ਕਰਦੇ ਰਿਹਾ ਹੋਵੇ। ਬਾਕੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਬੈੱਲ ਆਈਕਨ ਵੀ ਨਾਲ ਹੀ ਨੱਪ ਲਿਆ ਕਰੋ। ਬਾਕੀ ਆਪਾਂ ਆਊਟਲਾਈਨਿੰਗ ਕਰਦੇ ਪਏ ਥੋੜ੍ਹੀ ਥੋੜ੍ਹੀ ਮੋਰ ਦੀ, ਲਓ ਜੀ ਅੱਜ ਦੀ ਪੇਂਟਿੰਗ ਆਪਣੀ ਤਿਆਰ ਹੋ ਚੁੱਕੀ ਆ। ਦੱਸੋ ਸਾਰੇ ਜਾਣੇ ਸੋਹਣੇ ਸੋਹਣੇ ਕਮੈਂਟ ਕਰੋ ਪੇਂਟਿੰਗ ਦੇ ਉੱਪਰ, ਨਾਲੇ
ਕਮੈਂਟ ਕਰਕੇ ਦੱਸੋ ਸਾਨੂੰ ਕਿ ਤੁਹਾਨੂੰ ਪੇਂਟਿੰਗ ਕਿਹੋ ਜਿਹੀ ਲੱਗੀ ਆ। ਸੋਹਣੇ ਸੋਹਣੇ ਜੇ ਕਮੈਂਟ ਕਰਿਓ ਜੇ ਤਾਂ ਦੱਸਿਓ ਜ਼ਰੂਰ ਕਿ ਪੇਂਟਿੰਗ ਕੋਈ ਆਪਣੀ ਕੋਈ ਗਲਤੀ ਹੋਈ ਹੋਵੇ, ਕੁਛ ਵੀ ਹੋਇਆ ਹੋਵੇ, ਉਸ ਚੀਜ਼ ਬਾਰੇ ਕਮੈਂਟ ਕਰਿਓ ਜੇ। ਅਤੇ ਬਾਕੀ ਇਹ ਵੀ ਦੱਸਿਓ ਪਿੱਕਅਪ ਕਿਹੋ ਜਿਹਾ ਬਣਿਆ, ਆਪਾਂ ਤਿਆਰ ਕੀਤਾ ਪੇਂਟਿੰਗ ਦੇ ਰੂਪ ਦੇ ਵਿੱਚ। ਬਾਕੀ ਇੱਥੇ ਵੀਡੀਓ ਦੀ ਸਮਾਪਤੀ ਕਰਦੇ, ਮਿਲਦੇ ਨਵੀਂ ਵੀਡੀਓ ਦੇ ਨਵੀਂ ਪੇਂਟਿੰਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਜਿਉਂਦੇ ਵਸਦੇ ਰਹੋ, ਖੁਸ਼ੀਆਂ ਮਾਣੋ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈੱਲ ਆਈਕਨ ਦਬਾ ਦਿਓ ਜਾਂਦੇ ਜਾਂਦੇ, ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕਿਆ ਕਰੇ। ਅਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰ ਦਿਓ ਜੇ, ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰ ਦਿਓ। ਇਸੇ ਦੇ ਨਾਲ ਕਰਦੇ ਹਾਂ ਗੁੱਡ ਨਾਈਟ।